ਮੋਗਾ ਸਿਵਲ ਹਸਪਤਾਲ 'ਚ ਇਲਾਜ ਲਈ ਆਇਆ ਨੌਜਵਾਨ ਡਾਕਟਰਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਦਰਅਸਲ ਇਹ ਨੌਜਵਾਨ ਬੀਤੇ ਦਿਨ ਦੁਬਈ ਤੋਂ ਪਰਤਿਆ ਸੀ, ਜਿਸ ਨੂੰ ਨਮੋਨੀਆ ਹੋ ਗਿਆ ਅਤੇ ਉਹ ਇਲਾਜ ਕਰਾਉਣ ਲਈ ਮੋਗਾ ਦੇ ਸਿਵਲ ਹਸਪਤਾਲ ਪੁੱਜਿਆ। ਇਸ ਦੌਰਾਨ ਡਾਕਟਰਾਂ ਵੱਲੋਂ ਉਸਦੇ ਲੋੜੀਂਦੇ ਟੈਸਟ ਕੀਤੇ ਗਏ। ਟੈਸਟ ਤੋਂ ਬਾਅਦ ਡਾਕਟਰਾਂ ਵੱਲੋਂ ਉਸਨੂੰ ਕੋਰੋਨਾ ਵਾਇਰਸ ਹੋਣ ਦਾ ਖਦਸ਼ਾ ਪ੍ਰਗਟਾਇਆ ਅਤੇ ਉਸਨੂੰ ਆਈਸੋਲੇਸ਼ਨ ਵਾਰਡ ਵਿੱਚ ਨਿਗਰਾਨੀ ਹੇਠ ਰੱਖਣ ਦੀ ਸਲਾਹ ਕੀਤੀ ਗਈ। ਪਰ ਇਸ ਤੋਂ ਪਹਿਲਾਂ ਹੀ ਉਕਤ ਨੌਜਵਾਨ ਸਾਰਿਆਂ ਨੂੰ ਚਕਮਾ ਦੇ ਕੇ ਉੱਥੋਂ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਹਰਕਤ 'ਚ ਆਈ ਪੁਲਿਸ ਨੇ ਉਸਨੂੰ ਬਦਨੀ ਖੁਰਦ ਤੋਂ ਕਾਬੂ ਕੀਤਾ। ਹਾਂਜੀ, ਅੱਜ ਇੱਕ ਕੱਲ੍ਹ ਦੁਬਈ ਤੋਂ ਕੋਈ ਆਦਮੀ ਆਇਆ ਜਿਹੜਾ ਕਿ ਸਿੱਧਾ ਦੁਬਈ ਤੋਂ ਚੰਡੀਗੜ੍ਹ ਲੈਂਡ ਹੋਇਆ ਔਰ ਅੱਜ ਸੁਬਹਾ ਹੋਸਪਿਟਲ ਦੇ ਵਿੱਚ ਆਇਆ ਸੀਗਾ। ਉਹਦੇ ਜਿਹੜੇ ਬੇਸਿਕ ਟੈਸਟ ਕੀਤੇ ਗਏ ਜਿਸ ਤਰ੍ਹਾਂ ਐਕਸਰੇ ਟੈਸਟ ਵਗੈਰਾ ਅਤੇ ਬਲੱਡ ਦੇ ਟੈਸਟ ਲਏ ਤਾਂ ਉਹਦੇ ਵਿੱਚ ਥੋੜ੍ਹੀ ਬਹੁਤ ਸ਼ੱਕ ਜਿਹੜੀ ਆਈ। ਉਸ ਤੋਂ ਬਾਅਦ ਜਦੋਂ ਅਸੀਂ ਮਰੀਜ਼ ਨੂੰ ਆਈਸੋਲੇਸ਼ਨ ਵਾਰਡ ਦੇ ਵਿੱਚ ਸ਼ਿਫਟ ਕਰਨ ਦੀ ਗੱਲ ਕੀਤੀ ਤਾਂ ਉਹ ਮਰੀਜ਼ ਜਿਹੜਾ ਇੱਥੋਂ ਚਲਾ ਗਿਆ। ਕੀ ਪਹਿਲਾਂ ਵੀ ਕੋਈ ਪ੍ਰੋਬਲਮ ਸੀਗੀ ਜੋ ਦੁਬਈ 'ਚ ਸੀਗਾ ਜੀ ਉਹ? ਹਾਂਜੀ, ਉਹਦੇ ਦੱਸਣ ਮੁਤਾਬਕ ਉਹ 10-15 ਦਿਨਾਂ ਤੋਂ ਉਹਨੂੰ ਖੰਘ ਜ਼ੁਕਾਮ ਦੀ ਪ੍ਰੋਬਲਮ ਹੈਗੀ ਆ। ਸਿਮਟਮ ਲੱਗ ਰਿਹਾ ਜੀ, ਕੋਈ ਸ਼ੱਕੀ ਹੈ? ਤੁਸੀਂ ਟੈਸਟ ਕਰਵਾਏ, ਕੁਛ ਆਇਆ ਸਾਹਮਣੇ? ਇਹਦੇ ਬਾਰੇ ਜ਼ਿਆਦਾਤਰ ਡਾਕਟਰ ਸਾਹਿਲ ਦੱਸ ਸਕਦੇ ਕਿਉਂਕਿ ਉਹਨਾਂ ਨੇ ਐਕਸਰੇ ਦੇਖਿਆ, ਬਟ ਉਹਨਾਂ ਨੇ ਸਾਨੂੰ ਜਿਹੜਾ ਹੈਗਾ ਇਸ ਮਰੀਜ਼ ਨੂੰ ਆਈਸੋਲੇਸ਼ਨ ਵਾਰਡ ਦੇ ਵਿੱਚ ਸ਼ਿਫਟ ਕਰਨ ਦੇ ਆਰਡਰ ਕੀਤੇ ਸੀ। ਜਿਸ ਤਰ੍ਹਾਂ ਹੋਸਪਿਟਲ 'ਚੋਂ ਚਲਾ ਗਿਆ, ਹੁਣ ਕੀ ਕਰਵਾਈ ਤੁਹਾਡੀ ਅੱਗੇ? ਮੈਂ ਆਪਣੇ ਅਥੋਰਟੀਜ਼ ਦੇ ਧਿਆਨ ਦੇ ਵਿੱਚ ਲਿਆ ਦਿੱਤਾ ਜੀ ਅਤੇ ਕੋਸ਼ਿਸ਼ ਕਰਾਂਗੇ ਵੀ ਸ਼ਾਮ ਤੱਕ ਉਸ ਮਰੀਜ਼ ਨੂੰ ਕਿਸੇ ਨਾ ਕਿਸੇ ਤਰੀਕੇ ਜਿਹੜਾ ਵਾਪਸ ਲਿਆਂਦਾ ਜਾਵੇ ਹੋਸਪਿਟਲ। ਹੋਰ ਕੀ ਪ੍ਰੀਕੋਸ਼ਨ ਲਈ ਕੀ ਕੀਤੇ ਆ ਕੀਤੇ? ਪ੍ਰੀਕੋਸ਼ਨ ਲਈ ਅਵੇਅਰਨੈਸ ਹੀ ਹੈ ਜੀ, ਅਸੀਂ ਵੱਧ ਤੋਂ ਵੱਧ ਅਵੇਅਰ ਕਰ ਰਹੇ ਹਾਂ ਆਪਦੇ ਸਟਾਫ ਮੈਂਬਰਸ ਨੂੰ ਜਿਹੜਾ ਹੈਗਾ ਮਾਸਕ ਯੂਜ਼ ਕਰਨ ਲਈ ਕਹਿ ਰਹੇ ਹਾਂ ਔਰ ਜਿਹੜੇ ਪਬਲਿਕ ਦੇ ਵਿੱਚ ਵੀ ਜਿਹੜਾ ਹੈਗਾ ਵੱਧ ਤੋਂ ਵੱਧ ਲੋਕਾਂ ਨੂੰ ਮੋਟੀਵੇਟ ਕੀਤਾ ਜਾ ਰਿਹਾ ਕਿ। ਮੋਗਾ ਤੋਂ ਬਿੱਟੂ ਪੂਰਬਾ ਦੀ ਰਿਪੋਰਟ, ਪੰਜਾਬ ਟੂਡੇ।